ਰੈਵਨਿਊ ਪਟਵਾ ਯੂਨੀਅਨ ਪੱਟੀ ਤੇ ਭਿੱਖੀਵਿੰਡ ਯੂਨੀਅਨ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪੱਟੀ ਤਹਿਸੀਲ ਕੰਪਲੈਕਸ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਸੰਬੰਧੀ ਪ੍ਰਧਾਨ ਜਸਬੀਰ ਸਿੰਘ ਪੰਨੂ ਨੇ ਕਿਹਾ ਕਿ ਉਹਨਾਂ ਨੂੰ ਸਰਕਾਰ ਵੱਲੋਂ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ ਤੇ ਉਹਨਾਂ ਦੇ ਪੁਰਾਣੇ ਬਿੱਲ ਵੀ ਪਾਸ ਨਹੀਂ ਕੀਤੇ ਜਾ ਰਹੇ। ਉਹਨਾਂ ਮੰਗਾਂ ਜਲਦ ਪੂਰੀਆਂ ਨਾ ਹੋਣ ਤੇ ਤਿੱਖਾ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ। ਸਭ ਤੋਂ ਪਹਿਲਾਂ ਅਸੀਂ ਇਹ ਕਰਦੇ ਆ ਕਿ ਕਾਫੀ ਲੰਮੇ ਸਮੇਂ ਤੋਂ ਦੌਰਾਨ ਸਾਡੀ ਜਿਹੜੀਆਂ ਤਨਖਾਹਾਂ ਸੀ ਅਤੇ ਜਾਂ ਸਾਡੇ ਜਿਹੜੇ ਪੈਂਡਿੰਗ ਬਿੱਲ ਸੀ, ਕੋਈ ਮੈਡੀਕਲ ਬਿੱਲ ਜਾਂ GPF ਬਿੱਲ ਬਕਾਇਆ ਜੋ ਵੀ ਆ ਪੈਂਡਿੰਗ ਸਾਡੇ ਇੱਥੇ ਪਏ ਸੀ, ਉਹ ਵਾਰ ਵਾਰ ਅਫਸਰਾਂ ਦੇ ਨੋਟਿਸ 'ਚ ਲਿਆਂਦਾ ਗਿਆ ਕਿ ਇਹ ਜਿਹੜੇ ਬਿੱਲ ਆ ਇਹਨਾਂ ਨੂੰ ਸਮੇਂ ਸਿਰ ਨਿਪਟਾ ਲਿਆ ਜਾਵੇ। ਤਨਖਾਹਾਂ ਵੀ ਮਹੀਨਾ ਲੰਘਣ ਦੇ ਬਾਵਜੂਦ ਪਟਵਾਰੀਆਂ ਦੇ ਖਾਤਿਆਂ 'ਚ ਜਾਂਦੀਆਂ ਵਾ, ਉਹ ਕੋਈ ਨਾ ਕੋਈ ਉਹਦੇ 'ਚ ਮੁਸ਼ਕਲ ਖਜ਼ਾਨਾ ਅਫਸਰ ਕੱਢ ਕੇ ਜਾਂ ਕੋਈ ਵੀ ਕੱਢ ਕੇ ਉਹਨੂੰ ਮੋੜ ਦਿੰਦੇ ਸੀ, ਵਾਰ ਵਾਰ ਇਹ ਗੱਲ ਨੋਟਿਸ 'ਚ ਲਿਆਂਦੀ ਗਈ। ਪਰ ਇਹਦੇ ਮਸਲੇ 'ਚ ਜਿਹੜਾ ਪਨਾਲਾ ਉੱਥੇ ਜਿਉਂ ਦਾ ਤਿਉਂ ਹੀ ਰਿਹਾ। ਇਹਦੇ ਸੰਬੰਧ 25 ਤਰੀਕ ਨੂੰ 25/7 ਨੂੰ SDM ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ। SDM ਸਾਹਿਬ ਨੇ ਭਰੋਸਾ ਦਵਾਇਆ ਕਿ ਜਿਹੜੀਆਂ ਤੁਹਾਡੀਆਂ ਤਨਖਾਹਾਂ 5 ਤਰੀਕ ਨੂੰ ਪੂਰੇ ਸਮੇਂ ਸਿਰ ਔਰ ਜੋ ਵੀ ਬਕਾਇਆ ਬਿੱਲ ਆ ਪਾ ਦਿੱਤੇ ਜਾਣਗੇ। ਬੱਚਿਆਂ ਦੇ ਸਰਟੀਫਿਕੇਟ ਆ ਜਿਹੜੇ ਉਹ ਅੱਗੇ ਪਟਵਾਰੀ ਤੋਂ ਸਿੱਧਾ ਹੋ ਕੇ ਤਹਿਸੀਲਦਾਰ ਦੇ ਖਾਤੇ 'ਚ ਪੈ ਕੇ, ਰੈਜੀਡੈਂਸ ਦੇ ਹੋ ਗਏ, ਕਾਸਟ ਦੇ ਹੋ ਗਏ, ਰੂਰਲ ਏਰੀਆ ਜਾਂ ਜਿਹੜੇ ਵੀ ਬੈਕਵਰਡ ਦੇ ਜਿੰਨੇ ਵੀ ਜਿਹੜੇ ਸਰਟੀਫਿਕੇਟ ਆ ਉਹ ਸਿੱਧੀ ਪਟਵਾਰੀ ਤੋਂ ਰਿਪੋਰਟ ਕਰਾ ਕੇ ਤਹਿਸੀਲਦਾਰ ਦੇ ਖਾਤੇ ਤੋਂ ਖਾਤੇ 'ਚੋਂ ਸਾਈਨ ਹੋ ਕੇ ਉਹ ਜਿਹੜੇ ਆ ਬੱਚਿਆਂ ਨੂੰ ਦਿੱਤੇ ਜਾਣ ਤਾਂ ਕਿ ਸਮੇਂ ਸਿਰ ਉਹਨਾਂ ਨੂੰ ਮਿਲ ਸਕਣ। ਕਿਉਂਕਿ ਕਾਨੂੰਗੋ ਜਿਹੜੇ ਬਹੁਤ ਘੱਟ ਆ, ਕੋਈ ਪਤਾ ਵੀ ਕਾਨੂੰਗੋ ਦੀ ਬਾਹਰ ਫੀਲਡ 'ਚ ਵੀ ਜਾਣਾ ਪੈਂਦਾ, ਕੋਰਟ 'ਚ ਵੀ ਜਾਣਾ ਪੈਂਦਾ, ਜਿਹਦਾ ਕਰਕੇ ਪਟਵਾਰੀ ਜਿਹੜੇ ਸਰਕਲ ਸਾਰਿਆਂ ਨੂੰ ਪਤਾ ਵੀ ਇੱਕ ਥਾਂ 'ਤੇ ਬੈਠੇ ਆ, ਜਿਹੜੇ ਬੱਚਿਆਂ ਦੀਆਂ ਰਿਪੋਰਟਾਂ ਜਿਹੜੀਆਂ ਸਮੇਂ ਸਿਰ ਹੋ ਸਕਣ, ਇਹੋ ਜਿਹੜੀਆਂ ਸਾਡੀਆਂ ਮੰਗਾਂ ਵਾ। ਬਾਕੀ ਜਿਹੜੀ ਜਲਦ ਤੋਂ ਜਲਦ ਜਿਹੜੀ ਭਰਤੀ ਜਿਹੜੀ ਉਹ ਜ਼ਰੂਰ ਕੀਤੀ ਜਾਵੇ। ਧੰਨਵਾਦ।